with us, so can I have a big clap, please, everyone? Thank you. ਪਤਾ ਨਹੀਂ, ਤਾਂ ਹੁਣ ਮੈਨੂੰ ਹਿਸਾਬ ਨਹੀਂ ਪਤਾ, ਮੇਰੀ ਆਵਾਜ਼ ਹੀ ਏਦਾਂ ਦੀ ਆ, ਮੇਰਾ ਅੱਖਾਂ ਨਸ਼ੇੜੀ ਬੁੱਲ ਮੋਟੇ, ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ, ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ, ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ। ਸ਼ਾਇਦ ਮੈਂ ਆਪਦਾ ਜਿਹੜਾ ਸਾਂਭਲਾਪਣ ਲੁਕਾਉਣ ਲਈ ਏਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਨਾ ਆਵੇ ਇਹਦੀ ਸ਼ਕਲ ਕਿੱਦਾਂ ਦੀ ਹੈ ਯਾਰ। ਦੇਖੋ ਜ਼ਿੰਦਗੀ 'ਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਗਰੋ ਕਰਦੇ ਹੋ, ਕੰਮ ਕਰਦੇ ਹੋ, ਪ੍ਰੋਫੈਸ਼ਨ 'ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ। ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ, ਪਰ ਜਦੋਂ ਅਸੀਂ ਪਲ ਪਲ ਜਿਉਂਦੇ ਹਾਂ ਤਾਂ ਇਹ ਬਹੁਤ ਲੰਬਾ। ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ। ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ, ਉਹਦੀ ਕੋੜੀ ਨਿਕਲ ਕੇ ਚੈਨ ਨੂੰ ਟਾਈਟ ਕਰ। ਇਸੇ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ, ਦੋਸਤ ਉਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ, ਜਿਹਨਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ, ਜਿਹਨਾਂ ਖਿਆਲਾਂ 'ਚ ਬਹਿਸ ਹੋਣ ਲੱਗ ਜਾਏ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ। ਸੋ ਮੇਰੀ ਜ਼ਿੰਦਗੀ ਬਹੁਤ ਹੀ ਸੜਕਾਂ 'ਤੇ ਲੰਘੀ ਹੈ, ਬਹੁਤ ਹੀ। ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ, ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ। ਮੇਰੇ ਸੀਨੀਅਰ ਉਸ ਸੰਘਰਸ਼ 'ਚ ਕੁੱਦ ਗਏ, ਅਸੀਂ ਉਹਨਾਂ ਦੇ ਸਪੋਰਟਰ ਸੀ। ਸੋ ਉਸ ਦੌਰ 'ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ। ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ, ਗਹਿਣੇ ਹਮੇਸ਼ਾ ਬੰਦਾ ਸਾਂਭ ਕੇ ਰੱਖਦਾ। ਤੋ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਹਨ ਕਮਾਇਆ, ਸ਼ਿਕਵੇ ਵੀ ਹੋ ਜਾਂਦੇ ਹਾਂ ਅਸੀਂ, ਕਈ ਵਾਰੀ ਗੁੱਸੇ ਵੀ ਹੋ ਜਾਂਦੇ ਹਾਂ। ਇਹ ਸਮੀਰ ਵੀ ਬਹੁਤ ਸਾਲਾਂ ਤੋਂ, ਵੈਨ ਹੀ ਸਟਾਰਟਡ ਹਿਸ ਕੈਰੀਅਰ ਉਦੋਂ ਤੋਂ ਅਸੀਂ ਵਾਕਫ ਹੈ। ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ 'ਚ ਨੋਕ ਝੋਕ ਹੁੰਦੀ ਹੈ, ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵੱਧ ਲਵਾਉਣੇ ਮੇਰੇ ਨਾਲ। ਮੈਂ ਇਹਨੂੰ ਫਿਰ ਕਈ ਵਾਰੀ ਕਹਿਣਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹਨੂੰ ਨਿਭਾਉਂਦੇ ਹਾਂ। ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੁੜਿਆ। ਅੱਜ ਇਹਦੀ ਉਦਾਹਰਣ ਹੈ ਕਿ ਇਸ ਖੁਸ਼ ਪੂਰਾ ਇਸ ਸੋ ਹੈਪੀ ਨਾਓ। ਸੋ ਪਰਮਾਤਮਾ ਕਰੇ, ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤਾਂ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ, ਇਹ ਸਾਡੇ ਸ਼ਰਮਾ ਜੀ ਅਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ, ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਹਾਂ ਅਤੇ ਉਹਦੀ ਵੀ ਫਿਲਮ ਆਉਣੀ ਆ। ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਜਾਂ ਆਰਟਿਸਟ ਆਪਣੀ ਗੱਲ ਕਰਦਾ, ਪਰ ਮੈਨੂੰ ਜਿਹੜੇ ਮੇਰੇ ਆਪਣੇ, ਮੈਂ ਉਹਨਾਂ ਦੀ ਵੀ ਉਹਦੀ ਇੱਕ ਫਿਲਮ ਅੱਗੇ ਆਉਣੀ ਆ ਸ਼ਾਹਕੋਟ, ਉਹਦੀ ਵੀ ਤੁਸੀਂ ਦੱਬ ਕੇ ਪ੍ਰਮੋਸ਼ਨ ਕਰਨੀ ਮੇਰੇ ਵੀਰ। ਹੈ ਹਾਂ ਨਹੀਂ, ਹੁਣ ਅਸੀਂ ਕੁਛ ਮੰਗਾਇਆ, ਸਾਡੇ ਕੁਛ ਘੋੜੇ ਪਿੱਛੇ ਜੇ ਪ੍ਰੋਬਲਮ ਆ ਗਈ ਸੀ ਕੋਈ ਉਹਨਾਂ ਨੂੰ, ਹੁਣ ਅਸੀਂ ਦੁਬਾਰਾ ਜਿਹੜੀ ਸਾਡੀ ਲੋਕਲ ਬਰੀਡ ਹੁੰਦੀ ਹੈ ਉਹ ਮੰਗਾਉਂਦੇ ਹਾਂ, ਉਹ ਦੁਬਾਰਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਘੋੜੇ। ਨਹੀਂ ਬਹੁਤ ਚੀਜ਼ਾਂ ਦੇਖੋ, ਜਿਹੜੇ ਪਿੰਡ ਦੇ ਹੈ ਆਪਣੇ, ਉਹਨਾਂ ਕੋਲ ਵੀ ਇੱਦਾਂ ਦਾਸਤਾਨ ਅੱਗੇ ਚੱਲ ਕੇ ਆਈ ਹੈ। ਉਹਨਾਂ ਉਸ ਵਕਤ ਕੁਛ ਦੇਖੋ ਅੰਗਰੇਜ਼ਾਂ ਦਾ ਰਾਜ ਸੀ, ਬਹੁਤ ਚੀਜ਼ਾਂ ਨਾ ਇਹ ਸਾਡੇ ਪੰਜਾਬ ਦੀਆਂ ਲਿਖੀਆਂ ਨਹੀਂ ਗਈਆਂ ਸੀ। ਪਹਿਲਾਂ ਕਵਿਤ ਬਣੇ, ਛੰਦ ਬਣੇ, ਫਿਰ ਗਾਣੇ ਬਣੇ, ਫਿਰ ਕਵੀਸਰੀ ਦੇ ਜ਼ਰੀਏ, ਕਿਉਂਕਿ ਜਿਹੜੀ ਪੜ੍ਹਾਈ ਦਾ ਸਿਸਟਮ ਸੀ ਉਹ ਇਸ ਤਰ੍ਹਾਂ ਵਾਸਟ ਨਹੀਂ ਸੀ ਉਦੋਂ। ਤੋ ਜਿਹੜਾ ਇੱਕ ਪਿੰਡ 'ਚ ਕੋਈ ਥੋੜ੍ਹਾ ਪਾਰਕ ਹੁੰਦਾ ਜਾਂ ਪੜ੍ਹਿਆ ਲਿਖਿਆ ਹੁੰਦਾ ਸੀ, ਫਿਰ ਉਹ ਕੁਛ ਗੱਲਾਂ ਨਾਲ ਲਿਆਉਂਦਾ ਸੀ, ਸੱਥ 'ਚ ਬੈਠ ਕੇ ਸੁਣਾਉਂਦਾ ਸੀ। ਇੱਦਾਂ ਇਹ ਸੱਥਾਂ 'ਚੋਂ ਨਿਕਲੀ ਹੈ, ਫਿਰ ਹੌਲੀ ਹੌਲੀ ਜਿੱਦਾਂ ਗੁਰਪ੍ਰੀਤ ਵਰਗੇ ਨੌਜਵਾਨ ਜਾਂ ਹੋਰ ਅਨੇਕਾਂ ਨੌਜਵਾਨ ਯੂਨੀਵਰਸਿਟੀਆਂ 'ਚ ਆਏ, ਫਿਰ ਉਹਨਾਂ ਨੇ ਹੌਲੀ ਹੌਲੀ ਉਹ ਲਿਖਤਾਂ ਇਕੱਠੀਆਂ ਕਰੀਆਂ। ਜਿੱਦਾਂ ਉਦਾਹਰਣ ਦੇ ਤੌਰ 'ਤੇ 50-100 ਸਾਲ ਸਵਾ 100 ਸਾਲ ਪੁਰਾਣੇ ਜਿਹੜਾ ਕਵੀਸ਼ਰ ਯੁੱਗ ਸ਼ੁਰੂ ਹੋਇਆ ਸੀ ਉਹ ਵੀ ਉੱਥੇ ਕਿਤਾਬਾਂ 'ਚ ਮਿਲਦਾ। ਤੋ ਅਸੀਂ ਤਾਂ ਫਿਰ ਇਕੱਲੀ ਚੀਜ਼, ਤੁਸੀਂ ਫਿਲਮ ਦੇਖੋਗੇ ਸ਼ਾਇਦ ਤੁਹਾਨੂੰ ਇਹ ਸਾਰੇ ਜਵਾਬ ਮਿਲ ਜਾਣਗੇ। ਔਰ ਮੈਂ ਗੁਰਪ੍ਰੀਤ ਨੂੰ ਮਾਈਕ ਦਿੰਦਾ, ਤੁਹਾਨੂੰ ਦੱਸੂਗਾ ਰਿਸਰਚ ਦਾ ਵੇ ਕੀ ਸੀ।
ਪਹਿਲਾਂ ਤੁਸੀਂ ਭਾਈ ਇੱਕ ਵਾਰੀ ਸਵਾਲ ਸਾਰੇ ਤੁਹਾਡੇ ਤੋਂ ਲੈ ਲੈਣੇ। ਨਹੀਂ ਆਉਣ ਦੇ ਤੁਸੀਂ। ਨਹੀਂ ਇਹਦੀ ਦੇਖੋ ਜੀ ਰਿਸਰਚ ਤਾਂ ਇਹ ਸੀਗੀ ਕਿ ਇੱਕ ਤਾਂ ਪਿੰਡ ਦੇ ਜਿੰਨੇ ਬਜ਼ੁਰਗ ਸੀਗੇ ਲੋਕ ਅਸੀਂ ਉਹਨਾਂ ਨੂੰ ਜਾਣਿਆ ਸਮਝਿਆ, ਅਤੇ ਥੋੜ੍ਹੀ ਜਿਹੀ ਬੈਕਗਰਾਊਂਡ ਇਹਦੀ ਇਹ ਵੀ ਸੀਗੀ ਕਿ ਮੇਰੇ ਪਿੰਡ ਤੋਂ ਸੁੱਚਾ ਸੂਰਮਾ ਦਾ ਪਿੰਡ, ਮੈਨੂੰ ਤਾਂ 25ਵੇਂ ਮਿੰਟ 'ਚ ਅਸੀਂ ਸੂਰਮੇ ਦੇ ਪਿੰਡ ਪਹੁੰਚ ਜਾਂਦੇ ਸੰਭਾਵ। ਸਾਡੇ ਬਜ਼ੁਰਗਾਂ ਤੋਂ ਮੈਂ ਇਹ ਵੀ ਸੁਣਿਆ ਕਿ ਸੰਗਤੀ ਵਾਲਾ ਪਿੰਡ ਪੈਂਦਾ ਗਾ ਜਿੱਥੇ ਉਹਨਾਂ ਨੂੰ ਇੱਕ ਵਾਰੀ ਅਰੈਸਟ ਵੀ ਕਰਵਾਇਆ ਗਿਆ ਸੀ, ਉਹ ਸਾਡੇ ਪਿੰਡਾਂ ਮਿਲਦੀ ਜਾਂਦੇ ਹੁੰਦੇ ਸੀ। ਅਸੀਂ ਬਚਪਨ ਤੋਂ ਉਹਨਾਂ ਦੀਆਂ ਗਾਥਾਵਾਂ ਸੁਣ ਕੇ ਵੱਡੇ ਹੋਏ ਹਾਂ। ਸਾਨੂੰ ਇੰਨੀ ਕੁ ਰਿਸਰਚ ਪਤਾ ਚੱਲ ਗਈ ਸੀ ਕਿ 1916 ਦੇ ਆਸ ਪਾਸ ਗੰਗਾ ਜਾ ਕੇ ਫੁੱਲ ਪਾਏ ਗਏ ਸੀ ਸੁੱਚਾ ਸਿੰਘ ਦੇ, ਅਤੇ ਸਾਡੀ ਰਿਸਰਚ ਇਸ ਲੈਵਲ ਤੱਕ ਸੀ ਕਿ ਸਾਨੂੰ ਪਤਾ ਲੱਗਿਆ ਸੀ ਉਹਦਾ ਦੌਰ ਵੀ ਕਿਹੜਾ ਹੈਗਾ। ਅਤੇ ਪਿੰਡ ਦੇ ਕੁਛ ਲੋਕਾਂ ਨੇ ਕਾਫੀ ਕੀਤਾ ਰਿਸਰਚ, ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਗਾਥਾਵਾਂ ਲਿਖੀਆਂ ਜਾਂਦੀਆਂ ਨੇਗੀਆਂ, ਮੈਂ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ ਅਤੇ ਸਾਨੂੰ ਉੱਥੋਂ ਕਾਫੀ ਰੈਫਰੈਂਸ ਮਿਲੀਆਂ ਨੇਗੀਆਂ। ਬਾਕੀ ਜਦੋਂ ਤੁਸੀਂ ਫਿਲਮ ਨੂੰ ਪੂਰਾ ਜੋੜਦੇ ਹੁੰਦੇ ਹੋਗੇ ਤਾਂ ਤੁਹਾਨੂੰ ਕੁਛ ਨਾ ਕੁਛ ਕ੍ਰੀਏਟਿਵ ਲਿਬਰਟੀ ਲੈਣੀ ਪੈਂਦੀ ਆ। ਕੁਛ ਇੱਦਾਂ ਦੀਆਂ ਤੰਦਾਂ ਸੀ ਜੋ ਨਹੀਂ ਇੱਕ ਦੂਸਰੇ ਨਾਲ ਜੁੜਦੀਆਂ ਸੀ, ਜੋ ਲੋਕ ਗਾਥਾਵਾਂ ਤਾਂ ਚੱਲਦੀਆਂ ਹੁੰਦੀਆਂ ਨੇ, ਉਹ ਲੌਜਿਕਸ ਵਾਸਤੇ ਫਿਰ ਅਮਿਤੋਜ ਭਾਜੀ ਇਸ ਚੀਜ਼ ਕਰਾਫਟ ਦੇ ਮਾਸਟਰ ਨੇ, ਅਤੇ ਮੈਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੇ ਜੋ ਇਹਦੇ ਬੈਸਟ ਸਲਿਊਸ਼ਨਸ ਕੱਢੇ ਨੇ। ਤੁਸੀਂ ਫਿਲਮ 'ਚ ਦੇਖੋਗੇ ਤੁਸੀਂ ਕਹੋਗੇ ਯਾਰ ਕਿ ਆਹ ਲੌਜਿਕਸ ਵੀ ਇੱਦਾਂ ਜੁੜ ਸਕਦੇ ਨੇ। ਕੁਛ ਚੀਜ਼ਾਂ ਪਹਿਲੀ ਵਾਰ ਤੁਸੀਂ ਇਸ ਕਿੱਸੇ ਨੂੰ ਲੈ ਕੇ ਫਿਲਮ 'ਚ ਜਾ ਕੇ ਦੇਖੋਗੇ। ਸਰ ਮੇਰੇ ਇਹਦੇ ਨਾਲ ਹੀ ਜੁੜਦਾ ਸਵਾਲ ਹੈ, ਜਿਵੇਂ ਤੁਸੀਂ ਕਿਹਾ ਨਾ ਸਮਾਓ ਪਿੰਡ ਜਾ ਕੇ ਮਤਲਬ ਬਜ਼ੁਰਗਾਂ ਤੋਂ ਜਾਂ ਉਹ ਰਿਸਰਚ ਕੀਤੀ, ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਾਨਕੇ ਸੀਗੇ ਗਹਿਰੀ ਭਾਗੀ, ਉੱਥੇ ਜਾ ਕੇ ਵੀ ਤੁਸੀਂ ਉਹਨਾਂ ਨੇ ਰਿਸਰਚ ਕੀਤੀ ਜਿੱਥੇ ਕਹਿੰਦਾ ਫਾਂਸੀ ਦਿੱਤੀ ਗਈ ਸੀ ਉਹਨਾਂ? ਬਿਲਕੁਲ ਹੈ ਜੀ, ਗਹਿਰੀ ਭਾਗੀ ਦੇ ਨਾਲ ਹੀ ਉਹਨਾਂ ਦਾ ਕਨੈਕਸ਼ਨ ਜੁੜਦਾ, ਅਤੇ ਇਹ ਵੀ ਸੱਚ ਹੈ ਕਿ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਉਹ ਗਹਿਰੀ ਭਾਗੀ ਦੇ ਵਿੱਚ ਹੀ ਕੀਤਾ ਗਿਆ ਸੀ। ਉਸ ਜੰਡ ਥੱਲੇ ਜਿੱਥੇ ਫਾਂਸੀ ਦਿੱਤੀ ਗਈ ਸੀ ਉਹ ਸਾਰੇ ਲੋਕਾਂ ਨੂੰ ਅਸੀਂ ਮਿਲੇ ਜਾਣਿਆ, ਔਰ ਉਸ ਕਿੱਸੇ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸੁੱਚਾ ਸਿੰਘ ਸੂਰਮੇ ਦਾ ਗਹਿਰੀ ਭਾਗੀ ਦੇ ਨਾਲ ਕੀ ਸੰਬੰਧ ਹੈ, ਅਤੇ ਜਦਕਿ ਉਹਨਾਂ ਦੇ ਅਸਲ ਫਾਂਸੀ ਲੱਗਣ ਦਾ ਕਾਰਨ ਕੀ ਸੀ, ਉਹ ਸਾਰੀ ਰਿਸਰਚ ਅਸੀਂ ਉੱਥੇ ਜਾ ਕੇ ਕੀਤੀ ਹੈ ਜੀ।